ਫਿਰੋਜ਼ਪੁਰ 'ਚ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਦੇ ਫਿਰੋਜ਼ਪੁਰ 'ਚ ਪਹੁੰਚਣ ਤੇ ਕੁਝ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਖਹਿਰਾ ਦੀ ਗੱਡੀ ਨੂੰ ਰੋਕ ਕੇ ਤੇ ਪੁਲਿਸ ਕਰਮਚਾਰੀਆਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਇਸ ਕੇਸ 'ਚ ਥਾਣਾ ਕੈਂਟ ਦੇ SHO ਗੁਰਜੰਟ ਸਿੰਘ ਦੇ ਵੱਲੋਂ ਇੱਕ ਪੁਲਿਸ ਕਰਮੀ ਦੇ ਗਲਤ ਤਰੀਕੇ ਨਾਲ ਮੈਡੀਕਲ ਰਿਪੋਰਟ ਤਿਆਰ ਕਰਨ ਅਤੇ ਪੁਲਿਸ ਕਰਮੀ ਦੇ ਗਲਤ ਤਰੀਕੇ ਨਾਲ ਜ਼ਖਮ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਜਾਣਕਾਰੀ ਜਦੋਂ ਫਿਰੋਜ਼ਪੁਰ ਦੇ IG ਸਰਦਾਰ GS ਢਿੱਲੋਂ ਨੂੰ ਮਿਲੀ ਤਾਂ ਉਹਨਾਂ ਤੁਰੰਤ ਥਾਣਾ ਕੈਂਟ ਦੇ SHO ਗੁਰਜੰਟ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਤੇ ਖੁਦ ਥਾਣਾ ਕੈਂਟ ਪਹੁੰਚ ਕੇ ਸਾਰੇ ਮਾਮਲੇ ਦੀ ਤਫਤੀਸ਼ ਕੀਤੀ। ਉਹਨਾਂ ਕਿਹਾ ਕਿ ਸੁਖਪਾਲ ਖਹਿਰਾ ਦੀ ਸ਼ਿਕਾਇਤ ਤੇ ਕਾਰਵਾਈ ਨਹੀਂ ਕੀਤੀ ਗਈ, ਸਗੋਂ SHO ਨੇ ਜੋ ਗਲਤੀ ਕੀਤੀ ਹੈ ਉਸ ਤੇ ਹੀ ਬਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਸਰ, ਜੋ SHO ਕੇ ਖਿਲਾਫ ਕਾਰਵਾਈ ਕੀ ਗਈ ਹੈ ਉਸ ਮੇਂ ਕਿਆ ਹੈ ਸਰ? ਜੋ SHO ਦੇ ਖਿਲਾਫ ਕਾਰਵਾਈ ਕੀਤੀ ਗਈ ਆ ਉਹ ਇਹ ਹੈ ਕਿ ਉਹ ਬਤੌਰ SHO ਹੁੰਦਿਆਂ ਜਿਹੜੀ ਉਹ SSP ਦੇ ਆਫਿਸ ਦੇ ਸਾਹਮਣੇ ਇੱਕ ਘਟਨਾ ਹੋਈ ਸੀ ਜਿਹਦੇ 'ਚ ਸਾਡਾ ਇੱਕ ਪੁਲਿਸ ਕਾਂਸਟੇਬਲ ਦੇ ਨਾਲ ਹੱਥੋਪਾਈ ਹੋਈ ਸੀ ਕੁਛ ਪ੍ਰੋਟੈਸਟਰ। ਉਸ ਕੇਸ ਦੇ ਵਿੱਚ 16 ਤਰੀਕ ਸ਼ਾਮ ਨੂੰ, 14 ਤਰੀਕ ਦੀ ਉਹ ਘਟਨਾ ਹੈ, 16 ਤਰੀਕ ਸ਼ਾਮ ਨੂੰ SHO ਨੇ ਖੁਦ ਆਪਣੇ ਹੱਥੀਂ ਇੱਕ ਬਿਲੇਟਡ ਐਵੀਡੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਕਿ ਟੋਟਲੀ ਅਨਵਰੰਟਡ ਸੀਗਾ ਔਰ ਉਹਦੀ ਜ਼ਰੂਰਤ ਨਹੀਂ ਸੀ। ਠੀਕ ਹੈ, ਉਹ ਉਸ ਕਰਕੇ ਆਏ ਵੈਂਟ ਔਨ ਦੀ ਸਪੋਟ ਵੈਰੀਫਾਈਡ, ਮੇਰੇ ਕੋਲ ਇੱਕ ਇਤਲਾਹ ਆਈ ਕਿ ਉਹ ਇੰਜ ਕਰ ਰਿਹਾ ਹੈ ਅਤੇ ਅਕਿਊਜ ਦੇ ਖਿਲਾਫ ਐਵੀਡੈਂਸ ਬਿਲੇਟਡ ਕ੍ਰੀਏਟ ਕਰ ਵਿਚ ਇਜ਼ ਐਨ ਅਫੈਂਸ। ਸੋ ਮੈਂ ਮੌਕੇ 'ਤੇ ਗਿਆ, ਮੈਂ ਸਰਸਰੀ ਪੜਤਾਲ ਕਰਕੇ ਉਹਨੂੰ ਲਾਈਨ ਹਾਜ਼ਰ ਕੀਤਾ, ਡਿਪਾਰਟਮੈਂਟਲ ਇਨਕੁਆਇਰੀ ਰਿਕਮੈਂਡ ਕੀਤੀ ਆ ਔਰ ਫਰਦਰ ਇਨਵੈਸਟੀਗੇਸ਼ਨ ਤੋਂ ਬਾਅਦ ਜੇ ਆਇਆ ਤਾਂ ਹੋਰ ਇਸ ਤੋਂ ਅੱਗੇ ਬਣਦੀ ਕਾਰਵਾਈ, ਜੇ ਉਹਦੀ ਕੋਈ ਕ੍ਰਿਮੀਨਲ ਲਾਇਬਿਲਟੀ ਹੋਏਗੀ ਤਾਂ ਕ੍ਰਿਮੀਨਲ ਲਾਇਬਿਲਟੀ ਦੇ ਤੌਰ 'ਤੇ ਵੀ ਕਾਰਵਾਈ ਕੀਤੀ ਜਾਏ। ਸਰ, ਇੱਕ ਸੁਖਪਾਲ ਸਿੰਘ ਖਹਿਰਾ ਵੱਲੋਂ ਕਿਹਾ ਜਾ ਰਿਹਾ ਵੀ ਜੇ ਉਹਨਾਂ ਨੂੰ ਪੂਰਾ ਪ੍ਰੋਪਰ ਜਿਹੜੇ ਦੋਸ਼ੀ ਨੇ ਉਹਨਾਂ ਖਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਉਹ ਕੱਲ੍ਹ ਜਿਹੜਾ ਹੈ ਧਰਨੇ 'ਤੇ ਵੀ ਬੈਠਣਗੇ। ਦੇਖੋ, ਮੈਂ ਦੁਬਾਰਾ ਕਹਿਣਾ ਚਾਹੁੰਦਾ, ਇੱਕ ਤਾਂ ਕਾਇੰਡਲੀ ਇਹ ਵੀ ਰੱਖਣਾ ਕਿ ਆਹ ਜਿਹੜਾ ਐਕਸ਼ਨ ਲਿਆ SHO ਦੇ ਖਿਲਾਫ਼ ਇਹ ਡਾਇਰੈਕਟਲੀ ਉਸ ਕੇਸ ਨਾਲ ਰਿਲੇਟਡ ਨਹੀਂ ਹੈ, ਇਨਡਾਇਰੈਕਟਲੀ ਹੈ। ਠੀਕ ਹੈ, ਅਤੇ ਨਾ ਹੀ ਜਿਹੜੀ ਉਹਨਾਂ ਦੀ ਕੰਪਲੇਂਟ ਆ ਉਹਦੇ 'ਤੇ ਤਹਿਤ ਇਹ ਕੋਈ ਉਹਨਾਂ ਨੇ ਜੋ ਭੇਜਿਆ ਕਿ ਉਹਦੇ ਤਹਿਤ ਕੋਈ ਕਾਰਵਾਈ ਹੋਈ, ਇਹ ਇੰਡੀਪੈਂਡੈਂਟ ਹੈ ਉਸ ਘਟਨਾ ਨਾਲੋਂ। ਔਰ ਜਿਹੜੀ ਖਹਿਰਾ ਸਾਹਿਬ ਦੀ ਕੋਈ ਦਰਖਾਸਤ ਹੈ DG ਸਾਹਿਬ ਨੂੰ ਪਹੁੰਚੀ ਜਾਂ ਹੋਰ SSP ਨੂੰ ਜਾਂ ਮੇਰੇ ਦਫ਼ਤਰ ਆਈ ਹੋਏਗੀ, ਉਹਦੇ ਤੋਂ ਇੰਡੀਪੈਂਡੈਂਟ ਹੈ, ਉਹਦਾ ਨਾ ਕੋਈ ਲਿੰਕ ਨਹੀਂ ਹੈ। ਜਿਹੜੇ ਉਹਨਾਂ ਨੇ ਕੋਈ ਨਾਂ ਦਿੱਤੇ ਹੋਣਗੇ ਉਹ SSP ਸਾਹਿਬ ਕੋਲ ਪਹੁੰਚੇ ਹੋਣਗੇ, ਉਹਨਾਂ ਨੇ ਆਪਣੇ ਸੋਰਸਸ ਤੋਂ ਇਹ ਨਾਂ ਲਿਖੇ ਹੋਣਗੇ, ਮੈਂ ਉਹਨਾਂ ਨੂੰ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੁੰਦਾ। ਲੇਕਿਨ ਮੇਰੀ ਤਫਤੀਸ਼, ਮੇਰੇ ਫਿਰੋਜ਼ਪੁਰ ਪੁਲਿਸ ਦੀ ਤਫਤੀਸ਼ ਜਿਹੜੀ ਆ ਉਹ ਹੀ ਅਲਟੀਮੇਟਲੀ ਫਾਈਨਲ ਹੋਏਗੀ ਔਰ ਜਿਹੜੇ ਉਹ ਨਾਮਜ਼ਦ ਤਫਤੀਸ਼ ਨਾਮਜ਼ਦ ਕਰੇਗੀ ਉਹੀ ਸਹੀ ਨਾ ਦੋਸ਼ੀ। ਸਰ, ਪਿਕਚਰਾਂ ਵਿੱਚ ਵੀ, ਵੀਡੀਓ ਵਿੱਚ ਵੀ ਸਾਫ਼ ਜਿਨ੍ਹਾਂ ਦੇ ਨਾਮ ਨੇ ਇੱਥੇ ਜ਼ਿਆਦਾਤਰ ਜਿਹੜੇ ਨਾਮ ਨੇ ਇਹਨੇ ਜਿਹੜੀ ਪਿਕਚਰਾਂ 'ਚ ਦਿਖਾਈ ਵੀ ਦੇ ਰਹੇ ਆ। ਮੈਂ ਨਾ ਪਿਕਚਰਾਂ ਦੇਖੀਆਂ ਨੇ ਨਾ ਮੈਂ ਨਾਮ ਜਾਣਦਾ ਹਾਂ, ਲੇਕਿਨ ਇਹ ਤਫਤੀਸ਼ ਦਾ ਹਿੱਸਾ ਹੈ ਔਰ ਫਿਰੋਜ਼ਪੁਰ ਪੁਲਿਸ ਦੇਖ ਰਹੀ, ਮੈਂ ਉਹਦੇ 'ਚ ਜ਼ਿਆਦਾ ਕਿੰਤੂ ਪ੍ਰੰਤੂ ਨਹੀਂ ਕਰੂੰਗਾ ਕਿਉਂਕਿ ਉਹ SSP ਫਿਰੋਜ਼ਪੁਰ ਔਰ ਉਹਨਾਂ ਦੀ ਇਨਵੈਸਟੀਗੇਟਿੰਗ ਟੀਮ ਦਾ ਹਿੱਸਾ ਹੈ।
ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਮੇਰੇ ਕੋਲ ਇੱਕ ਇਤਲਾਹ ਆਈ ਸੀ ਕਿ ਇੱਕ ਮੇਰਾ ਐਸ ਐਚ ਓ ਇੱਕ ਐਵੀਡੈਂਸ ਕ੍ਰੀਏਟ ਕਰ ਰਿਹਾ ਬਿਲੇਟਡ, ਠੀਕ ਹੈ, ਜਿਹਦੇ 'ਤੇ ਜਿਹੜੀ ਕਿ ਬੜੀ ਇਨਡਿਸਪਲਨ ਔਰ ਇੱਕ ਘੋਰ ਉਲੰਘਣਾ ਦੀ ਗੱਲ ਹੈ। ਉਹਦੇ ਤਹਿਤ ਮੈਂ ਉਹਨੂੰ ਲਾਈਨ ਹਾਜ਼ਰ ਕੀਤਾ ਔਰ ਡਿਪਾਰਟਮੈਂਟ ਇਨਕੁਆਇਰੀ ਆਰਡਰ ਕੀਤੀ ਹੈ। ਪਲੱਸ ਜੇ ਇਸ ਤੋਂ ਇਲਾਵਾ ਦੌਰਾਨੇ ਹੋਰ ਇਨਕੁਆਇਰੀ ਪੜਤਾਲ ਮੇਰੇ ਵੱਲੋਂ ਜਾਰੀ ਹੈ, ਜੇ ਹੋਰ ਕੋਈ ਇਸ ਤੋਂ ਵੱਧ ਉਹਦੀ ਗੱਲ ਨਜ਼ਰ 'ਚ ਆਈ ਤਾਂ ਫਰਦਰ ਕਾਰਵਾਈ ਕੀਤੀ। ਸਰ ਵੱਡੀ ਗੱਲ ਇਹ ਹੈ ਵੀ ਪੁਲਿਸ ਮੁਲਾਜ਼ਮ 'ਤੇ ਹਮਲਾ ਹੁੰਦਾ ਅਤੇ ਐਸ ਐਚ ਓ ਵੀ ਮਤਲਬ ਪੁਲਿਸ ਦੇ ਦਾਇਰੇ ਦੇ ਵਿੱਚ ਹੀ ਆਉਂਦੇ ਆ, ਇਹਨਾਂ ਨੂੰ ਕੀ ਜ਼ਰੂਰਤ ਪਈ ਵੀ ਉਸ ਮਤਲਬ ਕਿ ਜਿਹੜੇ ਸ਼ਿਕਾਇਤਕਰਤਾ ਦੇ ਮਤਲਬ ਕਿ ਸੱਟਾਂ ਮਾਰ ਕੇ ਅਤੇ ਇਸ ਤਰ੍ਹਾਂ ਦੀ ਕ੍ਰੀਏਟ ਕਰਨਾ, ਵੀ ਆਖਿਰ ਕੀ ਲੱਗਦਾ ਵੀ ਕੋਈ ਪੋਲੀਟੀਕਲ ਹੈ ਜਾਂ ਮਤਲਬ ਕਿ ਵੈਸੇ ਵੀ ਉਹਨਾਂ ਨੂੰ ਕੋਈ ਆਪਣੀ ਪਰਸਨਲ ਮਨਸ਼ਾ ਸੀ? ਬਈ ਐਸ ਐਚ ਓ ਸਦਰ ਕੈਂਟ ਨੇ ਇਹ ਕਿਉਂ ਕੀਤਾ, ਠੀਕ ਹੈ, ਇਹ ਕੋਈ ਕੱਲ ਮੇਰੇ ਜਿਹੜੀ ਸਰਸਰੀ ਪੜਤਾਲ ਆ ਉਹਦੇ 'ਚੋਂ ਮੈਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਨਹੀਂ ਕਰਨਾ ਚਾਹੁੰਦਾ। ਇਹ ਇਹੋ ਜਿਹੀ ਗੱਲ ਆ ਜਿਹਨੂੰ ਜਿੰਨੀ ਦੇਰ ਤੱਕ ਸਹੀ ਵਜ੍ਹਾ ਸਬੂਤ ਨਾ ਮਿਲਣਗੇ ਮੇਰੇ ਵੱਲੋਂ ਗੱਲ ਕਰਨੀ ਇੱਕ ਛੋਟੀ ਜਿਹੀ ਗੱਲ ਲੱਗੇਗੀ। ਐਸਐਚਓ ਨਾਲ ਗੱਲ ਹੋਈ ਆ, ਉਹ ਕਹਿੰਦੇ ਵੀ ਮੈਨੂੰ ਕੀ ਜ਼ਰੂਰਤ ਹੈ ਕਿ ਮੈਂ ਮਤਲਬ ਕਿ ਇਸ ਤਰ੍ਹਾਂ ਸੱਟਾਂ ਮਾਰ ਕੇ ਉਹਦਾ ਮੈਡੀਕਲ ਕਰਾਊਂਗਾ, ਮੈਨੂੰ ਤਾਂ ਜ਼ਰੂਰਤ ਹੀ ਨਹੀਂ, ਅਤੇ ਉਹਨੇ ਇਸ ਚੀਜ਼ ਨੂੰ ਨਕਾਰਿਆ। ਓਕੇ, ਇਹਦਾ ਮਤਲਬ ਇਹ ਹੈ ਕਿ ਉਹਨੇ ਜੋ ਕੁਛ ਕੀਤਾ ਹੈ ਉਹ ਭੁਗਤੂਗਾ, ਠੀਕ ਹੈ, ਉਹਨੇ ਕੁਛ ਐਵੀਡੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਕਿ ਗਲਤ ਹੈ ਔਰ ਉਹਦੇ ਖਿਲਾਫ਼ ਕਾਰਵਾਈ ਕੀਤੀ। ਸਰ ਇਹਦੇ 'ਚ ਮਤਲਬ ਕਿ ਉਸ ਦਾ ਕਨੈਕਸ਼ਨ ਨਹੀਂ, ਪੋਲੀਟੀਕਲ ਦਬਾਅ ਤਾਂ ਨਹੀਂ ਨਜ਼ਰ ਆ ਰਿਹਾ ਜੀ? ਮੇਰੇ ਕੋਲੋਂ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਕੋਈ ਪੋਲੀਟੀਕਲ ਦਬਾਅ ਨਾਲ ਉਹਨੇ ਕੀਤਾ ਹੋਏਗਾ। ਇਹਦੇ 'ਚ ਸਿਰਫ ਇੱਕੋ ਗੱਲ ਨਜ਼ਰ ਆ ਰਹੀ ਹੈ ਕਿ ਉਹਨੇ ਇਹ ਇੱਕ ਇਨਡਿਸਿਪਲਨ ਔਰ ਵਰਦੀਧਾਰੀ ਯੂਨੀਫਾਰਮ ਹੁੰਦਿਆਂ ਹੋਏ ਕਹਿ ਸਕਦੇ ਪੁਲਿਸ ਅਧਿਕਾਰੀਆਂ ਦੇ ਉੱਪਰ, ਸਰ ਵੀ ਹੋ ਸਕਦਾ ਵੀ ਜਿਹੜੀ ਹੈ ਵੀ ਕਹਿ ਸਕਦੇ ਵੀ ਬਲੀ ਮਤ ਐਸ ਐਚ ਓ ਦੀ ਦੇਣੀ ਹੋਵੇ, ਮਤ ਉਸ ਮਾਮਲੇ 'ਚ ਉਹਨੇ ਪਰਚਾ ਦਰਜ ਕੀਤਾ ਇਸ ਕਰਕੇ ਉਹ ਰੱਖਿਆ ਗਿਆ। ਬਿਲਕੁਲ ਬਿਲਕੁਲ ਸ਼ਰੇਆਮ ਇਸ ਗੱਲ ਦੀ ਮੈਂ ਨਿਕਾਲਦਾ ਹਾਂ, ਬਾਕਾਇਦਾ ਪ੍ਰੋਫੈਸ਼ਨਲੀ ਤੌਰ 'ਤੇ ਕਾਇਦੇ ਅਨੁਸਾਰ ਔਰ ਮੈਂ ਖੁਦ ਪੜਤਾਲ ਕੀਤੀ ਹੈ ਉਹਦੇ 'ਚ ਜੋ ਕੁਛ ਐਵੀਡੈਂਸ ਉਹਨੇ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨੇ ਮੰਨਿਆ ਆ, ਔਰ ਇਕੱਲਾ ਨਹੀਂ ਸੀ, 5-6 ਮੁਲਾਜ਼ਮ ਕੋਲ ਸੀ ਜਦੋਂ ਇਹ ਸਾਰੀ ਗੱਲਬਾਤ ਹੋਈ। ਬਾਕੀ ਉਸ ਕਾਰਵਾਈ ਦੇ ਗਵਾਹ ਨੇ, ਠੀਕ ਹੈ, ਅਜੇ ਤੱਕ ਦੀ ਜੋ ਪੜਤਾਲ ਆ ਸਿਰਫ ਉਹਦਾ ਭਾਗੀ ਉਹ ਆ, ਇਸ ਤੋਂ ਇਲਾਵਾ ਜੇ ਹੋਰ ਕਿਸੇ ਦਾ ਕਸੂਰ ਹੋਏਗਾ ਤਾਂ ਮਹਿਕਮਾ ਨਾਲ ਕਾਰਵਾਈ ਕੀਤੀ ਜਾਏਗੀ। ਕੀਰਤੀ ਸ਼ਰਮਾ, ਦਿਵਿਆ ਪੰਜਾਬ ਟੀਵੀ, ਫਿਰੋਜ਼ਪੁਰ।